ਖੂਨਦਾਨ ਦੇ ਖੇਤਰ 'ਚ ਵਡਮੁੱਲੀਆਂ ਸੇਵਾਵਾਂ ਨਿਭਾ ਰਹੀ ਅਤੇ ਦੇਸ਼ ਭਰ ਦੇ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਲੋੜਵੰਦਾਂ ਤੱਕ ਲੋੜ ਪੈਣ 'ਤੇ ਖੂਨ ਮੁਹੱਈਆ ਕਰਵਾਉਣ ਵਾਲੀ PBG ਵੈਲਫੇਅਰ ਕਲੱਬ ਕੋਟਕਪੂਰਾ ਵੱਲੋਂ ਇੱਕ ਹੋਰ ਵਧੀਆ ਸੇਵਾ ਕਾਰਜ ਆਰੰਭਿਆ ਜਾ ਰਿਹਾ ਹੈ। PBG ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਕ ਅਤੇ ਸਕੱਤਰ ਗੌਰਵ ਗਲਹੋਤਰਾ ਸਮੇਤ ਸਮੁੱਚੀ ਟੀਮ ਵੱਲੋਂ ਮੈਕਸ ਸੁਪਰ ਸਪੈਸ਼ਲਿਸਟੀ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਦਿਲ ਦਾ ਮੁਫਤ ਚੈੱਕਅਪ ਕੈਂਪ 23 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਡੇਰਾ ਬਾਬਾ ਦਰਿਆਗਿਰੀ ਚੈਰੀਟੇਬਲ ਅੱਖਾਂ ਦਾ ਹਸਪਤਾਲ ਨੇੜੇ ਨਵਾਂ ਬੱਸ ਅੱਡਾ ਕੋਟਕਪੂਰਾ ਵਿਖੇ ਲਾਇਆ ਜਾ ਰਿਹਾ ਹੈ। ਅੱਜ ਉਸ ਦਾ ਫਲੈਕਸ ਰਿਲੀਜ਼ ਕਰਨ ਲਈ ਉਚੇਚੇ ਤੌਰ 'ਤੇ ਪਹੁੰਚੇ ਨੇ ਹਲਕਾ ਵਿਧਾਇਕ ਅਤੇ ਉੱਘੇ ਸਮਾਜ ਸੇਵੀ ਕੁਲਤਾਰ ਸਿੰਘ ਸੰਧਵਾਂ ਜੀ। ਕੁਲਤਾਰ ਸਿੰਘ ਸੰਧਵਾਂ ਨੇ ਜਿੱਥੇ ਇਸ ਫਲੈਕਸ ਨੂੰ ਰਿਲੀਜ਼ ਕੀਤਾ ਉੱਥੇ ਕੋਟਕਪੂਰੇ ਇਲਾਕੇ ਦੇ ਆਸ ਪਾਸ ਪਿੰਡਾਂ 'ਚ ਵੱਸਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਪਹਿਲਾਂ ਰਜਿਸਟਰੇਸ਼ਨ ਕਰਾਉਣ ਦੀ ਕੋਸ਼ਿਸ਼ ਕਰਨ। ਇਸ ਫਲੈਕਸ ਦੇ ਉੱਤੇ ਬਕਾਇਦਾ ਕੁਝ ਫੋਨ ਨੰਬਰ ਵੀ ਦਿੱਤੇ ਗਏ ਨੇ, ਉਹ ਵੀ ਮੈਂ ਡਿਸਪਲੇ ਦੇ ਬਿਲਕੁਲ ਨੇੜੇ ਲਿਜਾ ਰਿਹਾ। ਡਾਕਟਰਾਂ ਦਾ ਨਾਮ ਹੈ ਜੋ ਮਹਾ ਡਾਕਟਰਾਂ ਨੇ ਚੈੱਕਅਪ ਕਰਨਾ। ਤਾਂ ਇੱਕ ਵਾਰੀ ਫਿਰ ਬੇਨਤੀ ਹੈ ਸਾਰਿਆਂ ਨੂੰ PBG ਵੈਲਫੇਅਰ ਕਲੱਬ ਵੱਲੋਂ ਕਿ ਸਾਰੇ ਪਹਿਲਾਂ ਰਜਿਸਟਰੇਸ਼ਨ ਕਰਾਉਣ ਦੀ ਕੋਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ। ਮੈਂ ਗੁਰਿੰਦਰ ਸਿੰਘ, ਕੋਟਕਪੂਰਾ।